ਆਪਣੀ ਖੇਤੀ ਦੇਖ ਰਹੇ ਸਾਰੇ ਕਿਸਾਨ ਭਰਾਵਾਂ ਦਾ ਸਤਿ ਸ੍ਰੀ ਅਕਾਲ ਤਾਂ ਆਪਾਂ ਅੱਜ ਬੈਠੇ ਸੀ ਆਪਣੇ ਪਿਆਜ਼ ਦੇ ਖੇਤ 'ਚ ਆਪਾਂ 2 ਕਿੱਲੇ ਪਿਆਜ਼ ਲਾਉਨੇ ਹਰ ਵਾਰੀ ਤਾਂ ਅੱਜ ਆਪਾਂ ਇੱਥੇ ਖੇਤ ਆਏ ਸੀਗੇ ਤੇ ਕਿਸਾਨ ਭਰਾਵਾਂ ਦੇ ਕਈ ਸਵਾਲ ਸੀਗੇ ਪਿਆਜ਼ ਨੂੰ ਲੈ ਕੇ ਨੰਬਰ 1 ਤਾਂ ਇਹ ਹੁੰਦਾ ਜਿਆਦਾ ਮੇਨ ਜਿਹੜੀ ਦਿੱਕਤ ਆ ਰਹੀ ਸੀ ਕਹਿੰਦੇ ਵੀ ਭੂਗ ਪੀਲੀ ਪੈ ਰਹੀ ਸੀ ਉਹਦੇ ਕਾਰਨ ਤਾਂ ਕਈ ਹੋ ਸਕਦੇ ਭੂਗ ਪੀਲੀ ਪੈਣ ਦੇ ਜਿਵੇਂ ਕੋਈ ਕਈ ਵਾਰ ਨਾਈਟ੍ਰੋਜਨ ਦੀ ਥੋੜੀ ਜਿਹੀ ਘਾਟ ਆ ਜਾਏ ਤਾਂ ਵੀ ਪੈ ਸਕਦੀ ਆ ਪਰ ਜਿਹੜੀ ਇਹਦਾ ਮੇਨ ਐਸ ਵਾਰ ਆ ਰਿਆ ਸੀ ਉਹ ਸੀਗੇ ਨੂੰ ਫੰਗਸ ਪੈ ਰਹੀ ਸੀ ਪਿਆਜ਼ ਨੂੰ ਉਹ ਫੰਗਸ ਦੇ ਨਾਲ ਕੀ ਹੁੰਦਾ ਜਿਵੇਂ ਆਪਣੇ ਧੁੰਦ ਲੇਟ ਚਲੀ ਗਈ ਠੰਡ ਵੀ ਥੋੜੀ ਜੀ ਫਰਵਰੀ ਚ ਐਂਡ ਤੇ ਧੁੰਦ ਜੀ ਪੈਣ ਲੱਗ ਪਈ ਉਹਦੇ ਨਾਲ ਉਹ ਨਮੀ ਜ਼ਿਆਦਾ ਰਹਿੰਦੀ ਸੀ ਪਾਣੀ ਜੰਮਦਾ ਸੀ ਭੂਗ ਦੇ ਉੱਤੇ ਤਾਂ ਉਹਦੇ ਨਾਲ ਫੰਗਸ ਪੈਂਦੀ ਸੀ ਉਹਨੂੰ ਆਪਾਂ ਦੋ ਤਰੀਕੇ ਨਾਲ ਕੰਟਰੋਲ ਕਰ ਸਕਦੇ ਆ ਇੱਕ ਤਾਂ ਜਿਹੜੇ ਕਿਸਾਨ ਭਰਾ ਲਾਉਂਦੇ ਆ ਪਿਆਜ਼ ਛੋਟੀ ਪੱਧਰ ਤੇ ਆਪਦੇ ਘਰ ਜੋਗਰਾ ਦੋ ਚਾਰ ਮਰਲੇ ਉਹ ਇੱਕ ਕੰਮ ਕਰ ਸਕਦੇ ਆ ਜਾਂ ਜਿਹੜੇ ਆਰਗੈਨਿਕ ਲਾਉਂਦੇ ਆ ਉਹ ਤੇ ਖੱਟੀ ਲੱਸੀ ਪ੍ਰਾਣੀ ਉਹ ਤੇ ਸਪਰੇਅ ਕਰ ਸਕਦੇ ਆ ਲੀਟਰ ਤੋਂ 2 ਲੀਟਰ ਪਾ ਕੇ ਹੱਥ ਵਾਲੀ ਡਰੰਮੀ ਦੀ ਤਾਂ ਉਹ 6-6 ਦਿਨਾਂ ਬਾਅਦ ਸਪਰੇਅ ਕੀਤੀ ਜਾਵੇ ਤਾਂ ਵਧੀਆ ਬੈਨੀਫਿਟ ਆਉਦਾ ਤੇ ਚੰਗਾ ਰਿਜ਼ਲਟ ਆਉਂਦਾ ਉਹਦੇ ਨਾਲ ਵੀ ਇਹ ਸਮੱਸਿਆ ਦੂਰ ਹੋ ਜਾਂਦੀ ਹੈ ਤਾਂ ਜਿਹੜੇ ਕਰਦੇ ਆ ਕੈਮੀਕਲ ਖੇਤੀ ਜਾਂ ਜ਼ਿਆਦਾ ਖੇਤੀ ਹੈ ਮੰਨ ਲਓ ਪਿਆਜ਼ ਜ਼ਿਆਦਾ ਲੱਗਿਆ ਕੈਮੀਕਲ ਖੇਤੀ ਮਜਬੂਰੀ ਕਰਨੀ ਪੈਂਦੀ ਹੈ ਤਾਂ ਉਹਦੇ ਚੋ ਕਰ ਸਕਦੇ ਆ ਫੋਲੀਕੋਰ ਦਵਾਈ ਆ ਬਾਹਰ ਦੀ ਇਹ ਤੁਸੀਂ ਵਰਤ ਸਕਦੇ ਆ ਫੋਲੀਕੋਰ ਇਹ 200 ਗ੍ਰਾਮ ਕਿੱਲੇ ਦੀ ਇਹਦੀ ਡੋਜ ਆ ਐਂਦੀ ਤਾਂ ਇਹ ਕਰਨੀ ਆ ਹੱਥ ਵਾਲੇ ਪੰਪ ਨਾਲ ਤਾਂ ਇਹਦੇ ਵਿੱਚ ਇੱਕ ਗੱਲ ਜ਼ਰੂਰ ਆ ਵੀ ਸਿਲੀਕੋਨ ਬੇਸਡ ਸਟicker ਜ਼ਰੂਰ ਪਾ ਲੈਣਾ ਜਦੋਂ ਆਪਾਂ ਪਿਆਜ਼ ਤੇ ਸਪਰੇਅ ਕਰਨੀ ਆ ਕੋਈ ਵੀ ਉਹਦੇ ਨਾਲ ਇਹ ਹੁੰਦਾ ਵੀ ਪਿਆਜ਼ ਦੀ ਜਿਹੜੀ ਭੂਕ ਆ ਉਹ ਆ ਆਪਦੇ ਉੱਤੇ ਪਾਣੀ ਵਗੈਰਾ ਖੜਨ ਨਹੀਂ ਦਿੰਦੀ ਸਪਰੇਅ ਦਾ ਇਦਾਂ ਸਪਰੇ ਜਿਹੜਾ ਸਿਲੀਕੋਨ ਬੇਸਡ ਹੋਊ ਉਹਦੇ ਨਾਲ ਸਪਰੇ ਵਿੱਚ ਚੰਗੀ ਤਰ੍ਹਾਂ ਰਾਜ ਜਾਊਗੀ। ਇਹ ਫੋਲੀਗਰ ਤੁਸੀਂ ਵਰਤ ਸਕਦੇ ਆ 200 ਗ੍ਰਾਮ ਕਿੱਲੇ ਦੀ ਡੋਜ਼ ਆ। ਇਹਦੇ ਵਿੱਚ ਸਾਲਟ ਟੈਬੂਕੋਨਾਜ਼ੋਲ 25.9% ਏਸੀ ਆ। ਏਸੀ ਫਾਰਮ ਚ ਆਊਗੀ ਇਹ। ਤਾਂ ਇਹ ਤੁਸੀਂ ਕਰ ਸਕਦੇ ਆ। ਇਹਦਾ ਵਧੀਆ ਰਿਜ਼ਲਟ ਮਿਲ ਜਾਂਦਾ। ਤਾਂ ਇਹਦਾ ਇੱਕ ਛੜਕਾ ਕਰ ਸਕਦੇ ਆ ਜੇ ਲੋਡ ਪਵੇ ਤਾਂ ਦੂਜੀ ਵਾਰ ਵੀ ਵਰਤ ਸਕਦੇ ਇਹਨੂੰ। ਥੋੜੇ ਵਕਫੇ ਬਾਅਦ। ਔਰ ਵੈਸੇ ਤਕਰੀਬਨ ਸੈੱਟ ਹੋ ਜਾਂਦਾ ਪਿਆ ਜਿਹਦੇ ਨਾਲ ਤਾਂ ਬਸ ਕਾਰਨ ਇਹ ਰਿਹਾ ਵੀ ਜਦੋਂ ਠੰਡ ਲੰਮਾ ਚੱਲ ਜਾਂਦੀ ਹੈ ਤੇ ਉਦੋਂ ਫੰਗਸ ਦਾ ਅਟੈਕ ਹੋ ਜਾਂਦਾ ਪਿਆਜ਼ ਦੇ ਉੱਤੇ ਉਹਦੇ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਮੌਸਮ ਦੇ ਵਿੱਚ ਤਾਂ ਉਹੀ ਕਾਰਨ ਹੁੰਦਾ ਭੂਗ ਦਾ ਪੀਲਾਪਣ ਤੇ ਇਹਦੇ ਵਾਸਤੇ ਵਧੀਆ ਫੰਗੀ ਸੈਡ ਆਪਾਂ ਇਹਨੂੰ ਵਰਤ ਸਕਦੇ ਹਾਂ ਹਾਂਜੀ ਠੀਕ ਆ ਜੀ ਓਕੇ ਮਿਹਰਬਾਨੀ ਸ਼ੁਕਰੀਆ